ਸਰਕਾਰ ਜਿੰਦਾਬਾਦ, ਕੈਪਟਨ ਸਰਕਾਰ ਜਿੰਦਾਬਾਦ, ਕੈਪਟਨ ਸਰਕਾਰ ਜਿੰਦਾਬਾਦ, ਇਹਨਾਂ ਨੂੰ ਪਿੱਟੋ, ਇਹਨਾਂ ਨੂੰ ਪਿੱਟੋ, ਪੰਜਾਬ ਸਰਕਾਰ, ਪੰਜਾਬ ਸਰਕਾਰ, ਪੰਜਾਬ ਸਰਕਾਰ, ਪੰਜਾਬ। ਹਾਂਜੀ, ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਤੁਸੀਂ ਸਾਡੀ ਦੁਨੀਆਂ ਵਿੱਚ ਪਹੁੰਚੇ ਹੋ। ਮੇਰਾ ਨਾਮ ਬੁੱਲਾ ਰਾਣੀ, ਮੈਂ ਆਸ਼ਾ ਵਰਕਰ ਪੀ ਐੱਸ ਸੀ ਡਾਹਵਾਲੀ ਕਲਾਂ ਤੋਂ ਕੰਮ ਕਰ ਰਹੀ ਹਾਂ। ਸਰ, ਸਾਡੇ ਨਾਲ ਬਹੁਤ ਧੱਕਾ ਹੋ ਰਿਹਾ, ਬਹੁਤ ਦੇਰ ਹੋ ਗਈ ਸਾਨੂੰ, 8 ਸਾਲ ਹੋ ਗਏ ਨੇ ਸਰਕਾਰ ਸਾਡੇ ਨਾਲ ਬਿਨਾਂ ਮਤਲਬ ਤੋਂ ਕੰਮ ਲੈ ਰਹੀ ਹੈ। ਜਿਹੜਾ ਸਾਡੇ ਕੰਮ ਇਹਨਾਂ ਨੇ 8-10 ਕੰਮ ਦਿੱਤੇ ਹੋਏ ਸੀ, ਪਰ ਉਹਨਾਂ ਤੋਂ 4 ਗੁਣਾ ਸਾਡੇ ਕੋਲੋਂ ਜ਼ਿਆਦਾ ਕੰਮ ਲੈ ਰਹੀ ਹੈ। ਪਰ ਅਸੀਂ ਕਹਿੰਦੇ ਹਾਂ ਜੋ ਵੀ ਸਾਡਾ ਨਿਗੂਣਾ ਜਿਹਾ ਬਣਦਾ ਮਾਣ ਪਤਾ ਦਿੱਤਾ ਜਾਵੇ ਰੈਗੂਲਰ। ਅਸੀਂ ਕਹਿੰਦੇ ਸਾਡੀ ਇੱਕ ਹਾਜ਼ਰੀ ਯਕੀਨੀ ਬਣਾਈ ਜਾਵੇ। ਜਿਹੜੇ ਨਵੇਂ ਨਵੇਂ ਕਈ ਤਰ੍ਹਾਂ ਦੇ ਸਰਵੇ ਆਉਂਦੇ ਨੇ ਉਹ ਵੀ ਸਾਨੂੰ ਦਿੱਤੇ ਜਾਂਦੇ ਨੇ। ਜਿਹੜਾ ਇੱਕ ਖਸਰਾ ਰੁਬੇਲਾ ਇੰਜੈਕਸ਼ਨ ਆਇਆ, MR ਆਇਆ, ਪਰ ਅਸੀਂ ਉਹ ਨਹੀਂ ਕਰਾਂਗੇ ਜਿੰਨੀ ਦੇਰ ਨੂੰ ਸਾਡਾ ਸੂਬਾ ਕਮੇਟੀ ਦੇ ਅਨੁਸਾਰ ਫੈਸਲਾ ਨਹੀਂ ਹੁੰਦਾ। ਪਰ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਰੈਗੂਲਰ ਤਨਖਾਹ ਲਗਾਈ ਜਾਵੇ ਅਤੇ ਇੱਕ ਹਾਜ਼ਰੀ ਯਕੀਨੀ ਬਣਾਈ ਜਾਵੇ। ਜੇ ਨਾ ਹੋਈ ਤਾਂ ਉਸ ਤੋਂ ਬਾਅਦ ਅਸੀਂ ਸੰਘਰਸ਼ ਐਵੇਂ ਤਿੱਖਾ ਹੀ ਕੀਤੀ ਜਾਵਾਂਗੇ। ਅਤੇ ਅਸੀਂ ਆਪਦੇ ਜਿੰਨਾ ਵੀ ਹੋ ਸਕਦਾ ਵੀ ਅਸੀਂ ਜੱਚਾ ਬੱਚਾ ਮੌਤਦਾਰ ਘਟਾਉਣ ਵਾਲੀ ਵੀ ਆਸ਼ਾ ਹੈ, ਪਰ ਆਸ਼ਾ ਹੀ ਟੀਕਾਕਰਨ ਕੋਈ ਨਹੀਂ ਕਰਾ ਸਕਦਾ ਸਾਡੇ ਬਿਨਾਂ। ਪਰ ਅਸੀਂ ਇਹ ਕਹਿੰਦੇ ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ, ਪਰ ਸਾਡਾ ਨਿਗੂਣਾ ਮਾਣ ਪੱਤਾ ਲਗਾਇਆ ਜਾਵੇ ਤਾਂ ਕਿ ਆਸ਼ਾ ਵਰਕਰ ਨੂੰ ਵੀ ਸੌਖਾ ਹੋ ਜਾਵੇ ਥੋੜ੍ਹਾ ਜਿਹਾ ਪਰਿਵਾਰ ਚਲਾਉਣਾ, ਕਿਉਂਕਿ ਕਾਫੀ ਦੇਰ ਤੋਂ ਬਾਹਰ ਆਈ ਹੋਈ ਆਸ਼ਾ ਵਰਕਰ। ਹੁਣ ਬਹੁਤ ਕੰਮ ਉਹਨਾਂ ਨੇ ਕਰਦੇ, ਘਰੇਲੂ ਕੰਮਾਂ ਵਿੱਚ ਬਿਜ਼ੀ ਸੀ, ਪਰ ਉਹ ਛਡਾ ਕੇ ਸਰਕਾਰ ਨੇ, ਹੁਣ ਸਰਕਾਰ ਨੇ ਖੱਜਲ ਖਰਾਬ ਆਸ਼ਾ ਨੂੰ ਕੀਤਾ। ਪਰ ਹੁਣ ਆਸ਼ਾ ਵਰਕਰ ਨੇ ਰਾਹ ਫੜ ਲੈਣੇ ਤਿੱਕੇ ਸੰਘਰਸ਼ ਦੇ, ਪਰ ਹੁਣ ਨਹੀਂ ਛੱਡਣਗੇ ਜਿੰਨੀ ਦੇਰ ਨੂੰ ਇਹਨਾਂ ਨੂੰ ਰੈਗੂਲਰ ਤਨਖਾਹ ਨਹੀਂ ਲਗਾਈ ਜਾਂਦੀ। ਕੇਂਦਰ ਸਰਕਾਰ, ਆਸ਼ਾ ਵਰਕਰ, ਆਸ਼ਾ ਵਰਕਰ ਦਾ ਇੱਕ, ਆਸ਼ਾ ਵਰਕਰ ਦਾ ਇੱਕ, ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਨੀਲਮ ਰਾਣੀ, ਬਲਾਕ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ। ਅਸੀਂ ਸਾਰੇ ਪੰਜਾਬ ਵਿੱਚ ਅੱਜ ਸੰਘਰਸ਼ ਤੇਜ਼ ਕਰ ਰੱਖਿਆ ਹੈ। ਸਾਡੀਆਂ ਸਾਰੀਆਂ ਪੰਜਾਬ ਦੀਆਂ ਆਸ਼ਾ ਵਰਕਰ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਧਰਨੇ 'ਤੇ ਬੈਠੀਆਂ ਨੇ। ਸਾਡੇ ਵੱਲੋਂ ਸਟ੍ਰਾਈਕ ਸ਼ੁਰੂ ਕੀਤੀ ਜਾ ਚੁੱਕੀ ਹੈ। ਅਸੀਂ ਪਿਛਲੇ 10 ਸਾਲਾਂ ਤੋਂ ਆਸ਼ਾ ਵਰਕਰ ਦਾ ਕੰਮ ਕਰ ਰਹੇ ਹਾਂ ਇਨਸੈਂਟਿਵ ਬੇਸ 'ਤੇ। ਸਾਡੀ ਯੂਨੀਅਨ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਅਸੀਂ ਇਨਸੈਂਟਿਵ ਬੇਸ 'ਤੇ ਕੰਮ ਨਹੀਂ ਕਰਾਂਗੇ, ਅਸੀਂ ਹੁਣ ਸੈਲਰੀ 'ਤੇ ਹੀ ਕੰਮ ਕਰਾਂਗੇ। ਜਿੰਨਾ ਚਿਰ ਪੰਜਾਬ ਸਰਕਾਰ ਸਾਨੂੰ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਾਨੂੰ ਸੈਲਰੀ ਨਹੀਂ ਦਿੰਦੀ ਜਾਂ ਉਜਰਤ ਕਾਨੂੰਨ ਦੇ ਦਾਇਰੇ ਮੁਤਾਬਿਕ ਨਹੀਂ ਲਿਆਉਂਦੀ ਸਾਨੂੰ ਸਰਕਾਰ, ਉਹਨਾਂ ਚਿਰ ਸਾਡੀਆਂ ਆਸ਼ਾ ਵਰਕਰਾਂ ਕੰਮ ਦਾ ਬਾਈਕਟ ਕਰਨਗੀਆਂ। ਸਾਡੀਆਂ ਆਸ਼ਾ ਵਰਕਰਾਂ ਦੁਆਰਾ ਮੀਜ਼ਲ ਰੁਬੇਲਾ ਅਤੇ BPL ਸਰਵੇ ਦਾ ਬਾਈਕਟ ਕੀਤਾ ਗਿਆ ਹੈ, ਅਤੇ ਨਾਲ ਦੇ ਨਾਲ ਹੀ ਜੋ ਫੀਲਡ ਵਿੱਚ ਸਿਹਤ ਵਿਭਾਗ ਨੂੰ ਪਹਿਲੇ ਵੀ ਕੰਮ ਦੇ ਰਹੀਆਂ ਸਨ ਉਹਨਾਂ ਸਾਰੇ ਕੰਮਾਂ ਦਾ ਆਸ਼ਾ ਵਰਕਰਾਂ ਵੱਲੋਂ ਬਾਈਕਟ ਕੀਤਾ ਜਾ ਰਿਹਾ ਹੈ। 22 ਅਪ੍ਰੈਲ ਨੂੰ ਸਾਡੀ ਨਵੀਂ ਚੋਣ ਕੀਤੀ ਗਈ ਹੈ। ਪੰਜਾਬ ਸੋਫਟਵੇਅਰ ਸਰਵਿਸ ਫੈਡਰੇਸ਼ਨ ਨਛੱਤਰ ਸਿੰਘ ਭਵਨ ਕਾਮਰੇ ਨਛੱਤਰ ਸਿੰਘ ਭਵਨ ਮੋਗਾ ਵਿਖੇ ਅਸੀਂ ਆਲ ਇੰਡੀਆ ਆਸ਼ਾ ਵਰਕਰ ਏਟਕ ਯੂਨੀਅਨ ਦੀ ਨਵੀਂ ਚੋਣ ਕੀਤੀ ਹੈ। ਪੰਜਾਬ ਦੇ ਨਵੇਂ ਅਸੀਂ ਲੀਡਰ ਅੱਗੇ ਲੈ ਕੇ ਆਏ ਹਾਂ। ਜੀਤ ਕੌਰ ਜੀ ਦਾਦ ਲੁਧਿਆਣਾ ਵਾਲੇ ਪੰਜਾਬ ਦੇ ਨਵੇਂ ਲੀਡਰ ਬਣੇ ਹਨ ਆਸ਼ਾ ਵਰਕਰ ਆਸ਼ਾ ਫੈਸੀਲੇਟਰ ਯੂਨੀਅਨ ਦੇ। ਉਹਨਾਂ ਦੀ ਰਹਿਨੁਮਾਈ ਹੇਠ ਅੱਜ ਸਾਰੇ ਹੀ ਜ਼ਿਲ੍ਹਿਆਂ ਵਿੱਚ ਸਾਰੇ ਹੀ ਆਸ਼ਾ ਵਰਕਰ ਜਿੰਨੇ ਵੀ ਬਲਾਕ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ ਆਸ਼ਾ ਦਾ, ਸਾਰੇ ਹੀ ਬਲਾਕ ਇਕੱਠੇ ਹੋ ਕੇ ਸਿਵਲ ਸਰਜਨ ਦਫ਼ਤਰ ਦੇ ਅੱਗੇ ਸਾਰਿਆਂ ਨੇ ਹੀ ਅੱਜ ਰੋਸ ਮੁਜ਼ਾਹਰਾ ਕੀਤਾ ਹੈ। ਅਤੇ ਸਰਕਾਰ ਤੋਂ ਇਹੀ ਮੰਗ ਰੱਖੀ ਹੈ ਕਿ ਸਾਨੂੰ ਉਜਰਤ ਕਾਨੂੰਨ ਦੇ ਦਾਇਰੇ ਮੁਤਾਬਕ ਸਾਨੂੰ ਤਨਖਾਹ ਦਿੱਤੀ ਜਾਵੇ। ਹਾਂਜੀ, ਮੇਰਾ ਨਾਮ ਪਰਮਜੀਤ ਹੈ, ਪਿੰਡ ਗੱਦਨੋਗ ਸੀਤੋ ਬਲਾਕ 'ਚੋਂ ਇੱਕ ਕੰਮ ਕਰਦੇ ਹਾਂ। ਸਾਨੂੰ 10-10 ਪਿੰਡ ਦਿੱਤੇ ਜਾਂਦੇ ਆ ਜੀ, 4 ਸਬ ਸੈਂਟਰਾਂ ਨੂੰ ਪੈਂਦੇ ਆ। ਸਾਡਾ 70-75 ਰੁਪਏ ਕਿਰਾਇਆ ਅਤੇ ਡੇਲੀ ਸਾਨੂੰ 150 ਰੁਪਇਆ ਟੂਰ ਮਿਲਦਾ ਹੈ, ਅਤੇ ਕੀ ਉਹਦੇ ਵਿੱਚੋਂ ਬਚਦਾ ਵੀ ਉਸ ਤੋਂ ਬਾਅਦ ਅਸੀਂ ਕਿਰਾਇਆ ਲਾ ਕੇ ਘਰ ਚਲੇ ਜਾਂਦੇ ਹਾਂ, ਅਗਲੇ ਦਿਨ ਫੇਰ ਆ ਜਾਂਦੇ ਹਾਂ। ਸਾਡੇ ਵਿੱਚ ਦੱਸੋ
ਹੁਣ ਤੁਹਾਡੀ ਕੀ ਮੰਗ ਹੈ ਜੀ? ਸਾਡੀ ਮੰਗ ਹੈ ਕਿ ਸਾਨੂੰ ਵੱਧ ਤੋਂ ਵੱਧ ਸੈਲਰੀ ਦਿੱਤੀ ਜਾਵੇ, ਹਾਂਜੀ, ਜਿਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਚੱਲ ਸਕੇ। ਦੱਸੋ, ਸਾਨੂੰ ਘਰ ਦੇ ਵੀ ਲੜਦੇ ਆ, ਐਵੇਂ ਤੁਰੇ ਫਿਰਦੇ ਹੋ, ਬੱਸਾਂ ਨੂੰ ਵੇਟ ਕਰਦੇ ਸੀ, 5 ਵਜੇ ਘਰੇ, 9 ਵਜੇ ਤੋਂ ਨਿਕਲਦੇ ਹਾਂ, 5 ਵਜੇ ਘਰ ਵੜਦੇ ਹਾਂ, ਹਾਂਜੀ, ਫੀਲਡ ਵਰਕ ਵਿੱਚ ਜਾਂਦੇ ਹਾਂ ਕਿ ਕਾਸ਼ਾਂ ਦੇ ਪਿੱਛੇ ਅਸੀਂ ਜਾਂਦੇ ਹਾਂ ਘਰਾਂ ਵਿੱਚ। ਦੱਸੋ ਸਾਨੂੰ ਕੀ ਬਚਦਾ, 150 ਰੁਪਏ ਤੋਂ 75 ਰੁਪਏ ਕਿਰਾਇਆ ਲਾ ਕੇ ਅਤੇ ਬਾਅਦ 'ਚ ਅਸੀਂ ਘਰੇ ਜਾਂਦੇ ਬੱਚੇ ਰਵਾਉਂਦੇ।